ਹੱਕ ਦੇ ਵਿੱਚ ਕਹਿੰਦੇ ਵੀ ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਥੇਦਾਰ ਨੇ ਆ ਹੁਕਮਨਾਮਾ ਜਾਰੀ ਕੀਤਾ ਵਾ ਵੀ ਸਾਡੀ ਬੱਚੀਆਂ ਦੀਆਂ ਸਿੱਖ ਮਰਿਆਦਾ ਵਿੱਚ ਜੋ ਬੱਚੀਆਂ ਦਾ ਸ਼ਾਦੀ ਕਰਦੇ ਆ, ਵਿਆਹ ਕਰਦੇ ਆ, ਨਾਲ ਦੇ ਘਰ 'ਚ ਪੜ੍ਹਾਉਂਦੇ ਆ, ਉਹਦੇ ਵਿੱਚ ਇਹ ਜਿਹੜਾ ਹੁਣ ਹੁਕਮਨਾਮਾ ਜਾਰੀ ਕੀਤਾ, ਅਸੀਂ ਬਹੁਤ ਉਹਨਾਂ ਦਾ ਸਵਾਗਤ ਕਰਦੇ। ਇਹ ਹੁਕਮਨਾਮਾ ਅੱਜ ਤੋਂ ਕੁਝ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ, ਕਿਉਂਕਿ ਜੋ ਅਸੀਂ ਮਰਿਆਦਾ ਅਨੁਸਾਰ ਸਾਡੀਆਂ ਸਿੱਖ ਬੱਚੀਆਂ ਸਲਵਾਰ ਅਤੇ ਜਿਹੜੀਆਂ ਸਲਵਾਰ ਅਤੇ ਕਮੀਜ਼ ਦੇ ਵਿੱਚ ਇਹ ਸਾਨੂੰ ਸ਼ੋਭਾ ਦਿੰਦਾ। ਬਾਕੀ ਜਿਹੜੀ ਗੱਲ ਰਹਿੰਦੀ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਅਸੀਂ ਵੇਖੋ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਇਹ ਗੱਲ ਕੀਤੀ ਜਾਵੇ ਵੀ ਕਿਉਂਕਿ ਜਿਹੜਾ ਪਾਉਂਦੀਆਂ ਬੀਬੀਆਂ ਲਹਿੰਗਾ ਪਾਉਂਦੀਆਂ, ਇਹ ਕਿਸੇ ਦੇ ਹੱਥ ਕੋਈ ਮੀਟ ਵਾਲੇ ਲੱਗੇ ਹੁੰਦੇ, ਕੋਈ ਕੁਝ ਲੱਗੇ ਹੁੰਦੇ ਆ, ਮਰਿਆਦਾ ਵਿੱਚ ਆਣ ਕੇ ਉੱਦਾਂ ਉਹ ਧੋਤੇ ਹੁੰਦੇ ਨਹੀਂ, ਉੱਦਾਂ ਹੀ ਆਣ ਕੇ ਅਸੀਂ ਉਹ ਵਿੱਚ ਮਹਾਰਾਜ ਹਜ਼ੂਰੀ ਦੇ ਵਿੱਚ ਬਹਿ ਜਾਂਦੇ ਹਾਂ। ਇਸ ਕਰਕੇ ਉਹ ਮਤਲਬ ਸਾਡੇ ਗੁਰੂ ਸਾਹਿਬ ਦਾ ਅਪਮਾਨ ਵੀ ਹੁੰਦਾ। ਅਸੀਂ ਬੇਨਤੀ ਕਰਦੇ ਹਾਂ ਵੀ ਖਾਲਸਾ ਦੇ ਜਥੇਦਾਰ ਨੂੰ ਵੀ ਜੋ ਬੁੱਧੀਜੀਵੀ ਨੇ ਉਹ ਇਹ ਚੀਜ਼ ਨੂੰ ਅੱਗੇ ਲਿਆਉਣ, ਸੋਚਣ, ਵਿਚਾਰਨ ਅਤੇ ਇਹ ਜਿਹੜਾ ਹੁਕਮਨਾਮਾ ਜਾਰੀ ਕਰਨ ਵੀ ਕਿੱਥੇ ਵੀ ਇਹ ਮਤਲਬ ਕੋਈ ਗ੍ਰੰਥੀ ਸਿੰਘ ਜੋ ਕੋਈ ਅਨੰਦ ਘਰ 'ਚ ਪੜ੍ਹਦਾ ਉਹ ਮਰਿਆਦਾ ਦੇ ਵਿੱਚ ਹੈ, ਉਹ ਬੱਚੇ ਨੇ ਮਤਲਬ ਸਲਵਾਰ ਕਮੀਜ਼ ਪਾਇਆ ਵਾ, ਇਸ ਕਰਕੇ ਇਹੋ ਹੀ ਆ ਸਾਡੀ ਬੇਨਤੀ ਹੋਇਆ ਵੀ ਇਹ ਹੁਕਮਨਾਮਾ ਬਹੁਤ ਵਧੀਆ ਕੀਤਾ ਜਾਂਦਾ, ਉਹਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੇਰਾ ਨਾਮ ਮਨਕੀਤ ਸਿੰਘ ਆ ਜੀ, ਮੈਂ ਬਾਬਾ ਦੀਪ ਸਿੰਘ ਗੁਰਦਾਸ ਦਾ ਮੁੱਖ ਸੇਵਾਦਾਰ ਹਾਂ ਜੀ। ਜੋ ਕੱਲ੍ਹ ਹਜ਼ੂਰ ਸਾਹਿਬ ਤੋਂ 5 ਸਿੰਘ ਸਭਾ ਨੇ ਪਿਆਰਿਆਂ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਵਾ ਵਿਆਹ ਦੀਆਂ ਜਿਹੜੀ ਆਨੰਦ ਕਾਰਜ ਹੁੰਦੇ ਆ ਉਸ ਨੂੰ ਲੈ ਕੇ, ਉਹ ਬਿਲਕੁਲ ਅਸੀਂ ਜੋ ਵੀ ਉਹਨਾਂ ਨੇ ਕੀਤਾ ਬਹੁਤ ਚਿਰ ਪਹਿਲਾਂ ਜਿਹੜਾ ਹੋਣਾ ਜਾਣਾ ਚਾਹੀਦਾ ਸੀ, ਕਿਉਂਕਿ ਜਿਹੜਾ ਲਹਿੰਗਾ ਵਾ ਉਹ ਜਿਹੜਾ ਵਾ ਨਹੀਂ ਪਾਉਣਾ ਚਾਹੀਦਾ, ਮਰਿਆਦਾ ਦੇ ਅਨੁਸਾਰ ਜਿਹੜਾ ਵਾ ਸਲਵਾਰ ਅਤੇ ਕਮੀਜ਼ ਜਿਹੜਾ ਵਾ ਉਹ ਪਹਿਲਾਂ ਚਾਹੀਦਾ, ਕਿਉਂਕਿ ਜਿਹੜਾ ਲਹਿੰਗਾ ਵਾ ਉਹ ਪਤਾ ਨਹੀਂ ਕਿੰਨਿਆਂ ਜਾਣਿਆਂ ਪਾਇਆ ਹੁੰਦਾ ਵਾ ਅਤੇ ਉਹਦੇ ਵਿੱਚ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ, ਇਸ ਕਰਕੇ ਜਿਹੜਾ ਲਹਿੰਗਾ ਵਾ ਉਹ ਮੈਂ ਸੰਗਤ ਨੂੰ ਇਹੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਆਪਣੀ ਧੀ ਭੈਣ ਦੀ ਆਨੰਦ ਕਾਰਜ ਕਰਨਾ ਵਾ ਉਹ ਸਲਵਾਰ ਕਮੀਜ਼ ਅਤੇ ਚੁੰਨੀ ਦੇ ਵਿੱਚ ਹੀ ਉਹ ਜਿਹੜਾ ਵਾ ਕੀਤਾ ਜਾਵੇ ਜੀ। ਉਹ ਜੋ ਬਾਕੀ ਜੋ ਸਿੰਘ ਸਭਾ ਨੇ ਕੀਤੇ ਨੇ ਹੁਕਮਨਾਮੇ ਬਿਲਕੁਲ ਅਸੀਂ ਉਹਨਾਂ ਦੇ ਨਾਲ ਜਿਹੜੇ ਉਹ ਸਹਿਮਤ ਆ ਜੀ। ਵਾਹਿਗੁਰੂ ਸਾਹਿਬ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਅਕਾਲ ਜੀ ਫਤਿਹ ਜੀ। ਮੇਰਾ ਨਾਮ ਦਵਿੰਦਰ ਸਿੰਘ ਸੋਨੂ ਆ, ਮੈਂ ਜੀ ਨਾਲੇ ਤੋਂ ਬਿਲੋਂਗ ਕਰਦਾ ਵਾਂ। ਔਰ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਕੱਲ੍ਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਵਾ ਕਿ ਇੱਕ ਜਿਹੜੇ ਭੜਕੀਲੇ ਕੱਪੜੇ ਪਾ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰ ਵਿੱਚ ਜਿਹੜੇ ਫੇਰੇ ਨਹੀਂ ਹੋਣੇ ਚਾਹੀਦੇ। ਦੂਜੇ ਨੰਬਰ 'ਤੇ ਜਿਹੜਾ ਉਹਨਾਂ ਨੇ ਕਿਹਾ ਵਾ ਕਾਰਡਾਂ ਉੱਤੇ ਜਿਹੜਾ ਵਾ ਕੋਈ ਸਿੰਘ ਆ ਉਹਨੂੰ ਨਾਲ ਸਿੰਘ ਲਾਉਣਾ ਚਾਹੀਦਾ ਅਤੇ ਕੌਰ ਨੂੰ ਕੌਰ ਲਾਉਣਾ ਚਾਹੀਦਾ ਵਾ। ਮੈਂ ਸਮਝਦਾ ਕਿ ਸਾਡੇ ਲੋਕਾਂ ਨੇ ਇੱਕ ਤਰੀਕੇ ਦਾ ਜਿਹੜਾ ਪੱਛਮੀ ਕਲਚਰ ਅਪਣਾ ਲਿਆ ਵਾ ਉਹ ਬਹੁਤ ਮੰਦਭਾਗੀ ਗੱਲ ਆ। ਸੋ ਆਪਾਂ ਨੂੰ ਆਪਣਾ ਜਿਹੜਾ ਪੰਜਾਬੀ ਕਲਚਰ ਆ ਜਿਸ ਤਰ੍ਹਾਂ ਸਲਵਾਰ ਕਮੀਜ਼ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਜਦੋਂ ਆਪਾਂ ਫੇਰੇ ਕਰਨੇ ਆ ਉਦੋਂ ਆਪਾਂ ਨੂੰ ਪ੍ਰੋਪਰ ਕੱਪੜਿਆਂ ਵਿੱਚ ਫੇਰੇ ਕਰਾਉਣੇ ਚਾਹੀਦੇ ਆ। ਬਾਕੀ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਵੀ ਪਿੰਡਾਂ ਵਿੱਚ ਜਦੋਂ ਆਨੰਦ ਕਾਰਜ ਹੁੰਦੇ ਆ ਜਿੰਨੇ ਵੀ ਪਾਠੀ ਸਿੰਘ ਆਨੰਦ ਕਾਰਜ ਕਰਾਉਂਦੇ ਆ ਉਹਨਾਂ ਨੂੰ ਇੱਕ ਹੁਕਮਨਾਮਾ ਜਾਰੀ ਕਰ ਦੇਣਾ ਚਾਹੀਦਾ ਕਿ ਜਿੰਨਾ ਚਿਰ ਪ੍ਰੋਪਰ ਕੱਪੜੇ ਪਾ ਕੇ ਚੰਗੇ ਵਸਤਰਾਂ ਵਿੱਚ ਜਿਹੜੇ ਆਪਾਂ ਸਮਾਜ ਨੂੰ ਸੇਧ ਦੇਣ ਵਾਲੇ ਵਸਤਰ ਆ ਉਹ ਜਿੰਨਾ ਚਿਰ ਪਾ ਕੇ ਜਿਹੜਾ ਵੀ ਜੋੜਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਆਨੰਦ ਕਾਰਜ ਹੀ ਨਹੀਂ ਕਰਨੇ ਚਾਹੀਦੇ। ਸੋ ਮੈਂ ਤਾਂ ਅਪੀਲ ਕਰਾਂਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਇੱਕ ਹੁਕਮਨਾਮਾ ਜ਼ਰੂਰ ਜਾਰੀ ਕਰਨ ਤਾਂ ਕਿ ਜਿਹੜਾ ਆਪਾਂ ਪੱਛਮੀ ਕਲਚਰ ਨੂੰ ਜਿਹੜਾ ਅਪਣਾ ਲਿਆ ਸਾਡੇ ਪੰਜਾਬ ਵਿੱਚ ਲੋਕਾਂ ਨੇ
ਉਹ ਮਤਲਬ ਜਿਹੜਾ ਕਲਚਰ ਨੂੰ ਅਪਣਾ ਲਿਆ, ਉਹ ਤੋਂ ਆਪਾਂ ਨੂੰ ਰਾਹਤ ਮਿਲੇ ਤੇ ਇੱਕ ਆਪਾਂ ਚੰਗੇ ਸਮਾਜ ਨੂੰ ਸੇਧ ਦੇ ਸਕੀਏ। ਕਿਹੜਾ ਵੇਖ ਦੋ ਜਿਹੜਾ ਫੈਸਲਾ? ਮੇਰਾ ਨਾਮ ਕਾਬਲ ਸਿੰਘ ਸ਼ਾਹਪੁਰ ਅਜਨਾਲੇ ਤੋਂ, ਔਰ ਜਿਹੜਾ ਇਹ ਫੈਸਲਾ ਸੱਚਖੰਡ ਹਜ਼ੂਰ ਸਾਹਿਬ ਦੇ ਉੱਥੇ ਸਾਡੇ ਆਗੂ ਸਾਹਿਬਾਨਾਂ ਨੇ, ਸਾਡੇ ਜਥੇਦਾਰਾਂ ਨੇ ਜਿਹੜਾ ਫੈਸਲਾ ਕੀਤਾ ਬਈ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਜਿਹੜੇ ਕਾਰਜ ਆਨੰਦ ਕਾਰਜ ਹੁੰਦੇ ਨੇ, ਔਰ ਉਹਨਾਂ ਦੇ ਵਿੱਚ ਜਿਹੜਾ ਲਹਿੰਗਾ ਅਤੇ ਚੋਲੀ ਪਾ ਕੇ ਜਿਹੜੇ ਆਨੰਦ ਕਾਰਜ ਜਿਹੜੇ ਉਹ ਨਾ ਕੀਤੇ ਜਾਣ, ਔਰ ਹੋਰ ਵੀ ਉਹਨਾਂ ਨਾਲ ਦੋ ਜਿਹੜਾ ਫੈਸਲੇ ਲਏ ਨੇ, ਮਤੇ ਪਾਏ ਨੇ, ਅਸੀਂ ਉਹਨਾਂ ਮਤਿਆਂ ਦੀ ਸ਼ਲਾਘਾ ਕਰਦੇ ਹਾਂ, ਔਰ ਉਹਨਾਂ ਦੇ ਨਾਲ ਹੈ, ਉਹਨਾਂ ਦਾ ਸਮਰਥਨ ਵੀ ਕਰਦੇ ਹਾਂ, ਸ਼ਲਾਘਾ ਵੀ ਕਰਦੇ ਹਾਂ ਵੀ ਬਹੁਤ ਹੀ ਵਧੀਆ ਮਤੇ ਨੇ ਇਹ, ਕਿਉਂਕਿ ਜਿਹੜਾ ਲਹਿੰਗਾ ਵਾ ਜੋ ਅਸੀਂ ਆਪਣੇ ਵੇਖੀ ਆਪਣੇ ਪਹਿਲੇ ਤਾਂ ਗੱਲ ਆ ਵੀ ਸਾਡਾ ਉਹ ਸਿੱਖੀ ਦਾ ਪਹਿਰਾਵਾ ਹੀ ਨਹੀਂ, ਉਹ ਸਾਡਾ ਇੱਕ ਪੱਛਮੀ ਕਲਚਰ ਆ, ਔਰ ਉਹਨੂੰ ਸਾਡੇ ਜਿਹੜੇ ਆ ਪੰਜਾਬੀ ਲੋਕ ਜਾਂ ਸਾਡੇ ਲੋਕ ਜਿਹੜੇ ਹੌਲੀ ਹੌਲੀ ਅਪਣਾਈ ਜਾਣ ਡਿਆ, ਸਾਡਾ ਜਿਹੜਾ ਪਹਿਰਾਵਾ ਆ ਸਾਡਾ ਬੜਾ ਮਾਣ ਮੱਤਾ ਆ, ਸਲਵਾਰ ਕਮੀਜ਼ ਜਾਂ ਫਿਰ ਆਪਾਂ ਪਜਾਮੀ ਅਤੇ ਕਚੋਲਾ ਟਾਈਪ ਉੱਤੇ ਪਾਉਂਦੀਆਂ ਬੀਬੀਆਂ, ਪਹਿਲਾਂ ਜਿਹੜਾ ਚੱਲਦਾ ਸੀਗਾ ਉਹੋ ਹੀ ਪਹਿਰਾਵਾ ਜਿਹੜਾ ਉਹ ਸਾਡਾ ਬਹੁਤ ਹੀ ਵਧੀਆ ਪਹਿਰਾਵਾ ਆ, ਉਹਦੇ ਨਾਲ ਸਾਡੀ ਜਿਹੜੀ ਸ਼ਾਨ ਆ ਸਿੱਖੀ ਦੀ ਉਹ ਵਧਦੀ ਆ, ਔਰ ਸਾਨੂੰ ਅਸੀਂ ਇਸ ਚੀਜ਼ ਨੂੰ ਬਿਲਕੁਲ ਉਸ ਚੀਜ਼ ਦਾ ਸਮਰਥਨ ਕਰਦੇ ਹਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਜਦੋਂ ਇਹ ਹੁੰਦੇ ਨੇ ਆਨੰਦ ਕਾਰਜ, ਅਸੀਂ ਉਹਨਾਂ ਮਾਪਿਆਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਉਹ ਜਿਹੜੇ ਆਨੰਦ ਕਾਰਜ ਆ ਜੋ ਉਹ ਜਦੋਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾਣਾ ਅਤੇ ਉਦੋਂ ਆਪਾਂ ਜਿਹੜੇ ਕੋਈ ਵੀ ਇਹੋ ਜਿਹਾ ਭੜਕੀਲਾ ਵਸਤਰ ਪਾ ਕੇ ਜਾਂ ਭੜਕੀਲੇ ਕੱਪੜੇ ਪਾ ਕੇ ਨਹੀਂ ਜਾਣਾ, ਕਿਉਂਕਿ ਸਾਡੇ ਗੁਰੂ ਸਾਹਿਬ ਜੀ ਦੇ ਵਿੱਚ ਗੁਰਬਾਣੀ ਦੇ ਵਿੱਚ ਸਾਨੂੰ ਇਸ ਚੀਜ਼ ਦਾ ਉਪਦੇਸ਼ ਵੀ ਆ, ਦੱਸਿਆ ਵੀ ਆ ਵੀ ਕਿਹੋ ਜਿਹੇ ਕੱਪੜੇ ਪਾਉਣੇ ਆ, ਕਿਹੋ ਜਿਹੇ ਕੱਪੜੇ ਨਹੀਂ ਪਾਉਣੇ, ਕੀ ਖਾਣਾ ਕੀ ਨਹੀਂ ਖਾਣਾ, ਕੀ ਪਹਿਨਣਾ, ਕੀ ਬੋਲਣਾ, ਸਾਰਾ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਉਪਦੇਸ਼ ਨੇ, ਔਰ ਅਸੀਂ ਮੈਂ ਚਾਹੁੰਦਾ ਵੀ ਜਦੋਂ ਆਪਾਂ ਬੱਚੀ ਬੱਚੇ ਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀ ਆ ਅਤੇ ਫਿਰ ਉਹਦੇ ਵਿੱਚ ਜਿਹੜੀ ਆ ਸਾਨੂੰ ਗੁਰੂ ਦੇ ਕੋਲੋਂ ਸਿੱਖਿਆ ਲੈ ਕੇ, ਗੁਰੂ ਕੋਲ ਉਪਦੇਸ਼ ਲੈ ਕੇ ਅਤੇ ਫਿਰ ਸਾਨੂੰ ਗੁਰੂ ਕੋਲ ਆਸ਼ੀਰਵਾਦ ਲੈ ਕੇ ਅਤੇ ਸਾਨੂੰ ਉਹ ਜੇ ਆਪਾਂ ਜ਼ਿੰਦਗੀ ਦੀ ਨਵੀਂ ਜਿਹੜੀ ਸ਼ੁਰੂਆਤ ਕਰਨੀ ਆ ਨਵੇਂ ਜੋੜੇ ਨੇ ਅਤੇ ਫਿਰ ਉਹ ਗੁਰੂ ਕੋਲ ਆਸ਼ੀਰਵਾਦ ਲੈ ਕੇ ਸ਼ੁਰੂਆਤ ਕੀਤੀ ਜਾਵੇ, ਗੁਰੂ ਦੇ ਆਸ਼ੇ ਅਨੁਸਾਰ ਕੀਤੀ ਜਾਵੇ ਅਤੇ ਫਿਰ ਉਹ ਸਾਡੀ ਜ਼ਿੰਦਗੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਸੁਖਾਲੀ ਜਿਹੜੀ ਜ਼ਿੰਦਗੀ ਲੱਗ ਸਕਦੀ ਹੈ। ਨਾਂ ਕੀ ਕਹਿਣਾ ਚਾਹੁੰਦਾ? ਮੇਰਾ ਨਾਮ ਜਸਪਿੰਦਰ ਸਿੰਘ ਛੀਨਾਵਾ ਜੀ ਅਤੇ ਮੇਰਾ ਬਤੌਰ ਫੋਟੋਗ੍ਰਾਫਰੀ ਦਾ ਕੰਮ ਹੈ ਅਜਨਾਲਾ ਸ਼ਹਿਰ ਦੇ ਵਿੱਚ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਹਜ਼ੂਰ ਸਾਹਿਬ ਵੱਲੋਂ ਸਾਨੂੰ ਇੱਕ ਪੈਗਾਮ ਮਿਲਿਆ ਵਾ, ਸੰਦੇਸ਼ ਮਿਲਿਆ ਵਾ ਕਿ ਜਿਹੜਾ ਵਿਆਹ ਦੇ ਸਮੇਂ ਦੇ ਵਿੱਚ ਇੱਕ ਤਾਂ ਕਾਡਾਂ ਦੇ ਉੱਤੋਂ ਜਿਹੜਾ ਵਾ ਨਾਂ ਉੱਡਦਾ ਜਾਂਦਾ ਵਾ, ਇਕੱਲਾ ਰਹਿ ਗਿਆ। ਜਿੱਦਾਂ ਮੈਂ ਕਹਿ ਲਓ, ਮੈਂ ਆਪਣਾ ਨਾਂ ਤੁਹਾਨੂੰ ਜਸਪਿੰਦਰ ਸਿੰਘ ਛੀਨਾ ਦੱਸਿਆ, ਮੈਂ ਜਸਪਿੰਦਰ ਛੀਨਾ ਵੀ ਦੱਸ ਸਕਦਾ ਹਾਂ, ਵਿੱਚੋਂ ਸਿੰਘ ਉੱਡ ਜਾਂਦਾ ਵਾ ਕਾਡਾਂ ਦੇ ਉੱਤੇ ਵੀ, ਬਤੌਰ ਜਿਹੜਾ ਵਾ ਲੜਕਾ ਲੜਕੀ ਦੇ ਅੱਗੇ ਇਕੱਲਾ ਨਾਂ ਹੀ ਰਹਿ ਜਾਂਦਾ ਵਾ। ਐਗਜ਼ੈਂਪਲ ਤੌਰ 'ਤੇ ਜਿੱਦਾਂ ਰਮਨ ਇਕੱਲਾ ਰਹਿ ਜਾਂਦਾ ਵਾ, ਰਮਨ ਕੌਰ ਨਹੀਂ ਹੁੰਦਾ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਬਹੁਤ ਵਧੀਆ ਫੈਸਲਾ ਸੁਣਾਇਆ ਗਿਆ ਵਾ, ਸਿੱਖ ਕੌਮ ਇਹਦੇ ਨਾਲ ਥੋੜ੍ਹੀ ਜਿਹੀ ਹੋਰ ਜਾਗਰੂਕ ਹੋਊਗੀ, ਕਿਉਂਕਿ ਆਪਾਂ ਆਪਣੇ ਪਿਛੋਕੜ ਨੂੰ ਭੁੱਲਦੇ ਜਾਂਦੇ ਹਾਂ। ਇੱਕ ਜਿਹੜਾ ਲਹਿੰਗੇ ਦਾ ਦੱਸਿਆ ਵਾ ਨਾ ਵੀ ਲਹਿੰਗਾ ਜਿਹੜਾ ਵਾ ਗੁਰੂ ਦੀ ਹਜ਼ੂਰੀ ਦੇ ਵਿੱਚ ਨਹੀਂ ਪਾਉਣਾ ਚਾਹੀਦਾ, ਉਹ ਬਿਲਕੁਲ ਸਹੀ ਆ। ਸਿੰਪਲ ਅਤੇ ਜਿੱਦਾਂ ਪੁਰਾਣੇ ਰਿਵਾਜਾਂ ਦੇ ਬਤੌਰ ਸੂਟ ਮਿਲਦੇ ਸੀਗੇ, ਸਿੰਪਲ ਸੂਟ ਦੇ ਵਿੱਚ ਵਿਆਹ ਕਰਨਾ ਚਾਹੀਦਾ, ਸਿੰਪਲ ਸ਼ਾਦੀ ਕਰਨੀ ਚਾਹੀਦੀ, ਫਾਲਤੂ ਖਰਚੇ ਨਹੀਂ ਕਰਨੇ ਚਾਹੀਦੇ। ਹੁਣ ਵੇਖੋ 30-35 ਹਜ਼ਾਰ ਰੁਪਈਆ ਜਿਹੜਾ ਲਹਿੰਗੇ ਦਾ ਕਿਰਾਇਆ ਹੀ ਆ, ਅਸੀਂ ਵੀ ਵੈਡਿੰਗ ਸ਼ੂਟ ਕਰਨ ਜਾਂਦੇ ਹਾਂ, ਬਹੁਤ ਸੋਹਣਾ ਲੱਗਦਾ ਤਾਂ ਹੈਗਾ ਵਾ ਪਾਇਆ, ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜਾ ਵਾ ਉਹ ਸਿੰਪਲ ਬੰਦਾ ਨਿਮਾਣਾ ਹੋ ਕੇ ਜਾਵੇ ਤਾਂ ਉਹ ਵਧੀਆ ਵਾ, ਕਿਉਂਕਿ ਜਿੰਨਾ ਨਿਮਾਣਾ ਜਿੰਨਾ ਨੀਵਾਂ ਹੋ ਕੇ ਜਾਵਾਂਗਾ ਉਨੇ ਹੀ ਸਾਡਾ ਗੁਰੂ ਜਿਹੜਾ ਸਾਡੇ ਸਿਰ ਤੇ ਹੱਥ ਰੱਖੋ। ਅੱਜ ਸਮੇਂ ਲਹਿੰਗਾ ਚੋਲੀ ਪਾਇਆ ਜਾਂਦਾ ਪਰ ਉਹ ਕਈ ਕਈ ਸਿਰ ਤੇ ਧੋਤਾ ਨਹੀਂ ਜਾਂਦਾ, ਲੱਗਦਾ ਉਹਨਾਂ ਨੂੰ ਗੰਦੇ ਮੰਦੇ ਹੱਥ ਲੱਗਦੇ, ਆਨੰਦ ਕਾਰਜ ਸਮੇਂ ਗੁਰੂ ਦੀ ਹਜ਼ੂਰੀ ਦੇ ਵਿੱਚ। ਵੇਖੋ ਜੀ, ਇਹੀ ਚੀਜ਼ ਆ, ਇੱਕ ਲਹਿੰਗਾ ਹੁੰਦਾ ਕਿਸੇ ਦੀ ਦੁਕਾਨ ਤੋਂ ਤੁਸੀਂ ਲਹਿੰਗੇ ਜਿਹੜੇ ਕਿਰਾਏ 'ਤੇ ਦਿੰਦੇ ਨੇ, ਕਈ ਵਾਰ ਕੀ ਹੁੰਦਾ ਵਾ ਕਿ ਹੁਣ ਮੰਨ ਲਓ ਮੈਂ ਆਪਣੀ ਗੱਲ ਦੱਸਾਂ, ਸੀਜ਼ਨ ਆ,
ਇੱਕ ਦਿਨ ਦਾ ਵੇਲ ਨਹੀਂ ਹੁੰਦਾ ਸੀਜ਼ਨ ਦੇ ਵਿੱਚ, ਯਾਨੀ ਕਿ ਨਵੰਬਰ ਤੋਂ ਲੈ ਕੇ ਜਨਵਰੀ ਫਰਵਰੀ ਤੱਕ ਇੱਕ ਦਿਨ ਦਾ ਵੀ ਸਾਡੇ ਫੋਟੋਗ੍ਰਾਫਰਾਂ ਨੂੰ ਵੇਲ ਨਹੀਂ ਮਿਲਦਾ। ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਕਿ ਚਲੋ ਸਾਡੇ ਕੋਲ 7-8 ਜੋੜੀਆਂ ਹੁੰਦੀਆਂ ਲੀੜੇ ਕੱਪੜੇ ਜਿਹੜੇ ਹੁੰਦੇ ਆ ਸਾਡੇ ਘਰ ਦੇ, ਤਾਂ ਧੋ ਕੇ ਅਗਲੇ ਦਿਨ ਸਾਨੂੰ ਨਵੀਂ ਡਰੈਸ ਦੇ ਦਿੰਦੇ ਨੇ, ਪਰ ਕਿਸੇ ਦੇ ਦੀਨ ਇਮਾਨ ਦਾ ਨਹੀਂ ਪਤਾ ਜੀ ਉਹ ਲਹਿੰਗਾ ਧੋਂਦੇ ਆ ਜਾਂ ਨਹੀਂ ਧੋਂਦੇ। ਕਈ ਵਾਰਾਂ ਫਿਟਿੰਗ ਹੀ ਇਹੋ ਜਿਹੀ ਆਈ ਹੁੰਦੀ ਆ ਕਿ ਅੱਜ ਲਹਿੰਗਾ ਪਾਇਆ ਅਗਲੇ ਦਿਨ ਉਹੀ ਲਹਿੰਗਾ, ਕਈ ਵਾਰਾਂ ਸੇਮ ਵੇਖੀਦਾ ਵਾ ਕਈਆਂ ਵਿਆਹਾਂ ਦੇ ਵਿੱਚ, ਕਿਉਂਕਿ ਜਿੱਦਾਂ ਮੰਨ ਲਓ ਹੁਣ ਅੰਮ੍ਰਿਤਸਰ ਦਾ ਸ਼ਹਿਰ ਹੀ ਆ, ਉਹਦੇ ਵਿੱਚ 2-4 ਹੀ ਗੁਰੂ ਬਾਜ਼ਾਰ 'ਚ ਦੁਕਾਨਾਂ ਨੇ ਜਿਹੜਾ ਲਹਿੰਗਾ ਦੀਆਂ ਵਰਤੋਂ ਕਰਦੇ ਨੇ। ਹੁਣ ਵੇਖਿਆ ਜਾਵੇ ਤਾਂ ਕਿੰਨੀ ਦੁਨੀਆ ਵਾ ਦਿਹਾੜੀ ਦੇ ਵਿੱਚ, ਮੇਰੇ ਹਿਸਾਬ ਨਾਲ 250-300 ਪੈਲਸ ਹੋਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੂਰੇ 'ਚ, ਅਤੇ 250-300 ਹੀ ਲਹਿੰਗਾ ਲਾ ਲਓ ਤੁਸੀਂ, ਮੰਨ ਲਓ ਜੇ ਹੋਊਗਾ ਕਿਰਾਏ 'ਤੇ ਦਿੰਦੇ, 5-7 ਹੀ ਦੁਕਾਨਾਂ ਹਰ ਥਾਂ ਥਾਂ 'ਤੇ ਦੁਕਾਨ ਹੈ ਨਹੀਂ। ਹੁਣ ਪਤਾ ਨਹੀਂ ਉਹ ਧੋਂਦੇ ਆ ਜਾਂ ਨਹੀਂ ਧੋਂਦੇ, ਐਡੀ ਛੇਤੀ ਤਾਂ ਹੁੰਦਾ ਨਹੀਂ ਵੀ ਸਿਆਲੀ ਦਿਨ ਨੇ ਵੀ ਹੁਣ ਲਹਿੰਗਾ ਧੋਤਾ ਵਾ ਅਤੇ ਸਵੇਰੇ ਜਿਹੜਾ ਉਹ ਸੁੱਕ ਜਾਣਾ, ਇਹੋ ਜਿਹਾ ਕੰਮ 'ਤੇ ਆਉਂਦੀ ਆ। ਇਸ ਕਰਕੇ ਜਿਹੜਾ ਸਿੰਘ ਸਾਹਿਬ ਨੇ ਫੈਸਲਾ ਲਿਆ ਵਾ ਉਹ ਬਿਲਕੁਲ ਸਹੀ ਲਿਆ ਵਾ, ਕਿਉਂਕਿ ਅਸੀਂ ਕਿਸੇ ਦੇ ਅੰਦਰ ਕਿਸੇ ਦੁਕਾਨਦਾਰ ਨੇ ਵੜ ਕੇ ਨਹੀਂ ਵੇਖ ਸਕਦੇ ਕਿ ਉਹ ਕਿੰਨਾ ਸੱਚਾ ਅਤੇ ਕਿੰਨਾ ਸੁੱਚਾ ਵਾ। ਇਸ ਕਰਕੇ ਜਿਹੜਾ ਉਹ ਲਹਿੰਗਾ ਵਾਰ ਵਾਰ ਉਹੀ ਵਰਤਿਆ ਜਾਂਦਾ ਵਾ, ਇਸ ਚੀਜ਼ ਨੂੰ ਨਜ਼ਰ 'ਚ ਧਿਆਨ ਰੱਖ ਕੇ ਜਿਹੜਾ ਉਹਨਾਂ ਨੇ ਫੈਸਲਾ ਲਿਆ ਵਾ, ਅਸੀਂ ਉਸ ਫੈਸਲੇ ਦਾ ਸਮਰਥਨ ਕਰਦੇ ਹਾਂ ਕਿ ਹਮੇਸ਼ਾ ਜਿਹੜਾ ਆਪਣਾ ਘਰੋਂ ਕਿਸੇ ਬਾਪ ਨੇ ਆਪਣੀ ਧੀ ਨੂੰ ਤੋਰਨਾ, ਉਹ ਹਮੇਸ਼ਾ ਹੀ ਕੋਈ ਨਾ ਕੋਈ ਵਧੀਆ ਚੀਜ਼ ਹੀ ਪਾ ਕੇ ਤੋਰਦਾ ਵਾ ਆਪਣੇ ਘਰੋਂ, ਅਤੇ ਅਸੀਂ ਉਸ ਮਾਂ ਪਿਓ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ, ਇੱਕ ਇਨਸਾਨੀਅਤ ਦੇ ਤੌਰ 'ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹ ਵੀ ਆਪਣੀ ਜਿਹੜੀ ਧੀ ਨੂੰ ਤੋਰਨ, ਆਪਣੇ ਵੱਲੋਂ ਬਣਾਇਆ ਹੋਇਆ ਸੂਟ ਹੀ ਗੁਰੂ ਦੀ ਹਜ਼ੂਰੀ ਦੇ ਵਿੱਚ ਪਾ ਕੇ ਤੋਰਨ, ਤਾਂ ਕਿ ਤੁਹਾਡਾ ਉਸ ਕੰਮ ਨਾਲ ਗੁਰੂ ਜੀ ਵੀ ਖੁਸ਼ ਹੋਣ। ਮੈਂ ਕੇਵਲ ਸਿੰਘ, ਜੋ ਕਿ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਵਿੱਚ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਮੈਨੂੰ ਸਕੱਤਰ ਚੁੱਕਿਆ ਇੱਥੇ ਜੀ, ਸੈਂਟਰ ਦੇ ਗੁਰਦੁਆਰੇ ਦੇ ਸਕੱਤਰ ਆ ਜੀ। ਮੈਂ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਜੀ, ਜੋ ਪੰਜਾਂ ਪਿਆਰੇ ਨੇ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਤਖ਼ਤ ਸਾਹਿਬ ਤੋਂ ਜੋ ਮਤੇ ਪਾਸ ਕੀਤੇ ਗਏ ਨੇ, ਉਹ ਇਸ ਪ੍ਰਕਾਰ ਆ ਜੀ, ਸਭ ਸਿੱਖਾਂ ਨੂੰ ਹਦਾਇਤ ਕੀਤੀ ਗਈ ਆ, ਹੁਕਮ ਨਹੀਂ ਬੇਨਤੀ ਕੀਤੀ ਗਈ ਆ, ਜਿਹੜੇ ਕਿ ਜਦੋਂ ਕੋਈ ਸਾਦੀ ਹੁੰਦੀ ਆ ਸਿੱਖਾਂ ਦੇ ਵਿੱਚ, ਇੱਕ ਜਿਹੜਾ ਗੁੱਡੀ ਨੂੰ ਲਹਿੰਗਾ ਪਾਉਂਦੇ ਆ, ਉਹ ਪਾਉਣ ਤੋਂ ਬਿਲਕੁਲ ਮਨਾਹੀ ਆ, ਉਹ ਗੁਰਮਰਜ਼ਾਦਾ ਵਿੱਚ ਨਹੀਂ ਆਉਂਦਾ, ਉਹ ਜਿਹੜਾ ਵਾ ਆਪਾਂ ਕਮੀਜ਼ ਸਲਵਾਰ ਪਾਉਣੀ ਪਹਿਨਣੀ ਆ ਅਤੇ ਲਹਿੰਗਾ ਪਾਉਣਾ। ਇੱਕ ਦੂਸਰੇ ਨੰਬਰ 'ਤੇ ਇੱਕ ਬੇਨਤੀ ਹੋਰ ਆ, ਜਦੋਂ ਕੁੜੀ ਨੂੰ ਆਪਾਂ ਸਟੇਜ 'ਤੇ ਲਿਆਉਂਦੇ ਹਾਂ ਅਤੇ ਉਹਦੇ ਉੱਤੇ ਸਦਰੀ ਜੀ ਤਾਣ ਕੇ ਲਿਆਉਂਦੇ ਹਾਂ, ਉਹ ਗੁਰੂ ਮਹਾਰਾਜ ਦੀ ਗੁਰਮਰਜ਼ਾਦਾ ਤੋਂ ਬਾਹਰ ਆ, ਉਹ ਵੀ ਸਦਰੀ ਤਾਣ ਕੇ ਚਾਰ ਭਰਾ ਫੜਦੇ ਆ, ਥੱਲੇ ਗੁੜੀਆ ਹੁੰਦੀ ਆ, ਸਦਰੀ ਤਾਰ ਕੇ ਲਿਆਉਂਦੇ, ਇਹ ਵੀ ਮਨਾ ਹੀ ਕੀਤੀ ਗਈ ਹੈ ਜੀ। ਹੋਰ ਸਾਡੇ ਪਿਆਰੀ ਸਾਧ ਸੰਗਤ ਜੀ, ਜੋ ਕਿ ਗੁਰਮਰਜ਼ਾਦਾ ਦੇ ਮੁਤਾਬਕ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਨੇ ਉਹਦੇ ਵਿੱਚ ਹੀ ਰਹਿਣਾ ਹੈ ਆਪਣਾ, ਗੁਰਮਰਜ਼ਾਦਾ ਦੀ ਆਪਾਂ ਪਾਲਣਾ ਕਰਨੀ ਹੈ, ਗੁਰਮਰਜ਼ਾਦਾ ਨੂੰ ਭੰਗ ਨਹੀਂ ਕਰਨਾ ਜੋ ਸਿੱਖਾਂ ਦੇ ਵਿੱਚ ਆ, ਜਿਹੜੇ ਕਿ ਆਪਾਂ ਕਾਠ ਵਿਆਹਾਂ ਦੇ ਸਾਬਦੇ ਹਾਂ ਉਹਦੇ ਵਿੱਚ ਇਹ ਲਿਖ ਦਿੰਦੇ ਹਾਂ, ਕਵਲ ਜੀਤ ਕੌਰ ਹੁੰਦਾ ਆਪਾਂ ਨਿਰਜ ਕਵਲ ਲਿਖ ਦਿੰਦੇ ਹਾਂ, ਆਪਾਂ ਨਾਲ ਕੋਈ ਸੁਰਜੀਤ ਸਿੰਘ ਹੁੰਦਾ ਨਿਰਜ ਸੁਰਜੀਤ ਕਰਕੇ ਲਿਖ ਦਿੰਦੇ ਹਾਂ, ਇਹ ਵੀ ਗੁਰਮਰਜ਼ਾਦਾ ਤੋਂ ਬਾਅਦ ਆ, ਸਿੰਘ ਅਤੇ ਕੌਰ ਨਾਲ ਜ਼ਰੂਰ ਲਿਖਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਜੋ ਨਦੇੜ ਦੀ ਧਰਤੀ ਦੇ ਉੱਤੇ ਸਾਨੂੰ ਹੁਕਮ ਛੱਡਿਆ ਸੀ, ਦੋਹਰਾ ਆ ਗਿਆ ਪਈ ਉਹ ਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਦੇ ਨਾਲ ਨਾਲ ਸਾਨੂੰ ਗੁਰਮਰਜ਼ਾਦਾ ਵੀ 5 ਹੁਕਮਨਾਮੇ ਜਿਹੜੇ ਦਿੱਤੇ ਆ, 52 ਹੁਕਮਨਾਮਿਆਂ ਦੇ ਵਿੱਚ ਇਹ ਵੀ ਆਉਂਦਾ, ਇਸ ਕਰਕੇ ਬੇਨਤੀ ਕੀਤੀ ਜਾਂਦੀ ਆ ਜਿਹੜੇ ਅਕਾਲ ਤਖ਼ਤ ਸਾਹਿਬ ਜਾਂ ਉੱਥੇ ਹਜ਼ੂਰ ਸਾਹਿਬ ਤੋਂ ਜੋ ਫੈਸਲੇ ਹੋਏ ਨੇ, 5 ਤਖ਼ਤਾਂ ਨੇ ਜਿਹੜੇ ਫੈਸਲੇ ਕੀਤੇ ਨੇ, 5 ਸਿੰਘਾਂ ਨੇ ਜਿਹੜੇ ਫੈਸਲੇ ਕੀਤੇ ਨੇ, ਉਹਦੇ ਵਿੱਚ ਇਹ ਗੁਰਮਰਜ਼ਾਦਾ ਆਪਾਂ ਭੰਗ ਨਹੀਂ ਕਰਨੀ, ਉਹਨਾਂ 'ਤੇ ਆਪੇ ਪੂਰਨੇ ਪਾਉਣੇ ਆ, ਉਹਦੇ 'ਤੇ ਆਪਾਂ ਚੱਲਣ ਦੀ